ਆਹ ਦੇਖੋ ਦੋਸਤੋ ਜਿਹੜੀ ਚੈਨਾ ਦੀ ਡੋਰ ਆਂਦੀ ਹੈ ਨਾ ਇਹ ਕਿੰਨੀ ਖਤਰਨਾਕ ਡੋਰ ਆ ਬੰਦਿਆਂ ਲਈ ਤਾਂ ਖਤਰਨਾਕ ਹੈ ਹੀ ਐ ਪੰਛੀਆਂ ਲਈ ਵੀ ਬਹੁਤ ਖਤਰਨਾਕ ਡੋਰ ਸਾਬਤ ਹੋ ਰਹੀ ਆ ਆਹ ਦੇਖੋ ਇੱਕ ਨਾ ਆ ਦਰਾਖਤ ਦੇ ਉੱਪਰ ਤੇ ਡੋਰ ਲੰਮਕਰੀ ਦੇਖੋ ਆ ਨਾ ਪੰਛੀ ਇਹ ਕਾਂ ਵਿਚਾਰਾ ਕਿੱਦਾਂ ਫਸਿਆ ਹੋਇਆ ਇਸ ਡੋਰ ਦੇ ਵਿੱਚ ਹੁਣ ਇਹਨੂੰ ਅਸੀਂ ਕੱਢਣ ਦੀ ਕੋਸ਼ਿਸ਼ ਕਰਨ ਲੱਗੇ ਆ ਸੋ ਦੇਖਦੇ ਆਂ ਵੀ ਇਹ ਨਿਕਲਦਾ ਪਰ ਹੈ ਬਹੁਤ ਉਚਾਈ ਪਰ ਚਲੋ ਆਪਾਂ ਕੱਢਦੇ ਆ ਇਹਨੂੰ ਆ ਦੇਖੋ ਦੋਸਤੋ ਉੱਪਰ ਕੌ ਫਿਰ ਰਹੇ ਆ ਵਿਚਾਰੇ ਬੜੀ ਆ ਦੇਖੋ ਉੱਪਰ ਉਹ ਡਰੇ ਹੋਏ ਦੇਖਦੇ ਆ ਭਾਈ ਆ ਜਾਂਦੀ ਆ ਡੋਰ ਖੜ ਜਾ ਆ ਡੋਰ ਫੜੀ ਆ ਦੇਖ ਆ ਜਾ ਰਹੀ ਆ ਡੋਰ ਆ ਜਾ ਰਹੀ ਆ ਡੋਰ ਆ ਦੇਖ ਆ ਦੇਖ ਡੋਰ ਖੜ 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 ਜਾ ਖੜ ਜਾ ਖੜ ਜਾ ਖੜ ਜਾ ਆ ਡੋਰ ਟੁੱਟ ਗਈ ਡੰਡਾ ਦੇ ਕੋਈ ਡੰਡਾ ਕੋਈ ਡੰਗਾ ਡੰਡਾ ਦੇਓ ਆ ਦੇਖੋ ਦੋਸਤੋ ਕਿੰਨਾ ਤੜਫ ਰਿਹਾ ਹੈ ਕੋਈ ਵਿਚਾਰਾ ਪਤਨੀ ਇਹਦੇ ਕਿੰਨਾ ਕਿ ਜ਼ਖਮ ਹੋ ਗਿਆ ਹੁਣ ਆ ਉਹ ਉੱਪਰ ਇਹਦੇ ਸਾਥੀ ਤੜਫ ਰਹੇ ਆ ਇਹਦੇ ਖਾਤਰ ਦੇਓ ਕੋਈ ਡੰਡਾ ਖੜ ਜਾ ਯਾਰ ਖੜ ਜਾ ਖੜਾ ਦੋ ਨੇ ਆਹ ਦੇਖੋ ਇਹ ਨਾ ਡੋਰ ਦੇ ਵਿੱਚ ਫਸਿਆ ਆ ਬਾਈ ਜਿਹੜੀ ਚੈਨਾ ਦੀ ਡੋਰ ਹੁੰਦੀ ਆ ਤੁਹਾਨੂੰ ਦਿਖਾਉਂਦੇ ਆ ਆਵਾਜ਼ ਚ ਡੋਰ ਵੀ ਕਿਹੜੀ ਆ ਆ ਹੁਣ ਸਾਡਾ ਰਾਮ ਸਰਨ ਬਾਈ ਲੱਗਿਆ ਡੰਡੇ ਨਾਲ ਬਾਈ ਦਾ ਡੰਡੇ ਲਿਆ ਆ ਮੁੰਡੇ ਲੱਗੇ ਹੋਏ ਆ ਦੇਖੋ ਜੀ ਮਿਹਨਤ ਕਰਨ ਬਾਬਾ ਜੀ ਮਾਫ ਕਰਿਓ ਅਸੀਂ ਉੱਪਰ ਚੜੇ ਹੋਏ ਆ ਇਹ ਪੀਰ ਬਾਬਾ ਜੀ ਦੇ ਬਾਈ ਸਰੀ ਆ ਓਰੇ ਆ ਦੇਖ ਖੜ ਖੜ ਹਾਂ ਇਹ ਨੂੰ ਆ ਇਹੋ ਤੇ ਕੱਢ ਖੜ ਖੜ ਨਹੀਂ ਨਹੀਂ ਆਇ ਨਹੀਂ ਵੱਡ ਨਹੀਂ ਹੋਣ ਦਿੰਦੇ ਖੜੇ ਕਮਾਲਾ ਪਹਿਲਾ ਡੰਡਾ ਡੰਡਾ ਕਮਾਲਾ ਡੰਡੇ ਨੂੰ ਦਾਤੀ ਬਣਣੀ ਸੀ ਯਾਰ ਨੂੰ ਕੁਝ ਆਹੀ ਦਾ ਮੂਰੇ ਉੱਪਰ ਆ ਦੇਖੋ ਭਾਈ ਆ ਹੁਣ ਸਾਡੀ ਬਹੂ ਐ ਵਿਚਾਰੀ ਹੁਣ ਲੱਗੀ ਆ ਢਾਂਗੀ ਦੇਣ ਸੋ ਉਹਦੇ ਨਾਲ ਤਾਰਾਂ ਗਿਆ ਇਹਨੂੰ ਆ ਦੇਖੋ ਜੀ ਏ ਭਾਈ ਚਾਈਨਾ ਦੀ ਡੋਰ ਦਾ ਕੰਮ ਆ ਇਹ ਅਸੀਂ ਤਾਂ ਹੀ ਮੈਂ ਪਹਿਲਾਂ ਵੀ ਇੱਕ ਵਾਰ ਵੀਡੀਓ ਪਾਈ ਤੀ ਕਿ ਇਹ ਚਾਈਨਾ ਦੀ ਡੋਰ ਨਾਲ ਪਤੰਗ ਬਿਲਕੁਲ ਨਾ ਢਾਓ ਇਹ ਚਾਈਨਾ ਦੀ ਡੋਰ ਬੰਦ ਤਾਂ ਹੋਊਗੀ ਅਗਰ ਅਸੀਂ ਇਹਨੂੰ ਖਰੀਦਣਾ ਬੰਦ ਕਰੂਗੇ ਇਹਦੇ ਨਾਲ ਪਤੰਗ ਢਾਣੇ ਬੰਦ ਕਰਾਂਗੇ ਕਿਉਂਕਿ ਜਦ ਤੱਕ ਇਹ ਵਿਕਦੀ ਆ ਜਦ ਤੱਕ ਇਹਦੀ ਡਿਮਾਂਡ ਆ ਇਹ ਬੰਦ ਨਹੀਂ ਹੋ ਸਕਦੀ ਹਾਂ ਜੀ ਇਹ ਦੇ ਦੋ ਕਿ ਆਏ ਸੁਭਾ ਇਹ ਦੇ ਲੋ ਹੁਣ ਅਸੀਂ ਤਿੰਨ ਜਾਣੇ ਲੱਗੇ ਹੋਏ ਆ ਇਹਨੂੰ ਪੰਛੀ ਨੂੰ ਕੱਢਣ ਦੀ ਕੋਸ਼ਿਸ਼ ਕਰਨ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰੀ ਜਾਇਓ ਤਾਂ ਜੋ ਜਿਹੜੇ ਲੋਕ ਚੈਨਾ ਦੀ ਡੋਰ ਦੀ ਵਰਤੋਂ ਹਜੇ ਵੀ ਕਰਨ ਤੇ ਨਹੀਂ ਹਟਦੇ ਨਾ ਉਹ ਆਪਣੇ ਅੱਖੀ ਦੇਖ ਲੈਣ ਕਿ ਇਹ ਬੇਜਵਾਨਾਂ ਦੇ ਕਿੰਨਾ ਤਸ਼ੱਦਦ ਢਾ ਰਹੀ ਆ ਜਿਹੜੀ ਇਹ ਚੈਨਾ ਦੀ ਡੋਰ ਆ ਇਹ ਕਿੰਨਾ ਜ਼ੁਲਮ ਹੋ ਰਿਹਾ ਯਾਰ ਦੇਖ ਇਹ ਬੇਜਵਾਨ ਪੰਛੀ ਆ ਇਹ ਤਾਂ ਕਿਸੇ ਨੂੰ ਆਵਾਜ਼ ਮਾਰ ਕੇ ਵੀ ਨਹੀਂ ਦੱਸ ਸਕਦਾ ਸੇ ਜਿਹੜੇ ਇਹਦੇ ਉੱਪਰ ਸਾਥੀ ਉੱਡ ਰਹੇ ਆ ਉਹ ਵੀ ਇਹਦੀ ਕੋਈ ਮਦਦ ਨਹੀਂ ਕਰ ਰਹੇ ਕਰ ਸਕਦੇ ਸੌਰੀ ਉਹ ਵੀ ਇਹਦੀ ਕੋਈ ਮਦਦ ਨਹੀਂ ਕਰ ਸਕਦੇ ਕਿਉਂਕਿ ਹੈ ਹੀ ਇਹ ਗੱਲ ਉਹਨਾਂ ਦੇ ਬਸ ਤੋਂ ਬਾਹਰ ਆ ਸੋ ਇਹ ਵੀ ਥੱਲੇ ਮੇਰੇ ਮੰਮੀ ਬੈਠੇ ਸੀ ਉਹਨਾਂ ਦੀ ਨਿਗਾਹ ਪੈ ਗਈ ਉੱਪਰ ਪਤਾ ਨਹੀਂ ਇਹਨੇ ਵਿਚਾਰੇ ਨੇ ਐਦਾਂ ਮਰੇ ਜਾਣਾ ਸੀ ਅਗਰ ਇਹਨੂੰ ਨਾ ਦੇਖਿਆ ਜਾਂਦਾ ਹਜੇ ਵੀ ਪਤਾ ਨਹੀਂ ਕਿੰਨੇ ਕ ਘੰਟੇ ਹੋ ਗਏ ਸੀ ਇਹਨੂੰ ਉਰੇ ਲਟਕਦੇ ਨੂੰ ਇਹ ਚੈਨਾ ਦੇ ਵਿੱਚ ਚੈਨਾ ਦੀ ਦੋਰ ਵਿੱਚ ਫਸੇ ਨੂੰ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਉਹ ਨਹੀਂ ਉਹ ਦਾਤੀ ਵਾਲੀ ਉਹ ਲਿਆਂਦੀ ਢਾਂਗੀ ਉਹ ਦੇਖੋ ਦਾਤੀ ਵਾਲੀ ਢਾਂਗੀ ਆ ਗਈ ਹੁਣ ਆ ਲੈ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਮਨੀਤਾ ਰਾਣੀ ਆ ਬਾਈ ਹੁਣ ਲਿਆਂਦੀ ਆ ਆ ਗਈ ਹੁਣ ਆ ਟਾਂਗੀ ਆ ਇਹਦੇ ਨਾਲ ਲੈ ਬਿਖੀ ਕੱਢ ਹੋ ਰਿਆਂ ਨੂੰ ਦੇਖੀ ਪਚਾ ਕੇ ਉਹਦੇ ਨਾਲ ਬੱਜੇ ਧਿਆਨ ਨਾਲ ਹਾਂ ਇਹ ਦੇਖ ਕੇ ਧਿਆਨ ਉੱਪਰ ਪਾ ਉੱਪਰ 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 ਪਾ ਡਰਨਾ ਡਰਨਾ ਬਾਈ ਡਰਨਾ ਓ ਯਾਰ ਤੂੰ ਡਰਨਾ ਆ ਫਸ ਗਈ ਫਸ ਗਈ ਬਸ ਆ ਦੇਖ ਇਹ ਆਏ ਇਹਦੇ ਵਿੱਚ ਸਾਹ ਲੈਣ ਦੇ ਪਹਿਲਾਂ ਇਹਨੇ ਸਾਹ ਲੈਣ ਦੇ ਕੋਈ ਨਾ ਆ ਦੇ ਵਿਚਾਰਾ ਯਾਰ ਬੇਬਾਸਾ ਹੋ ਡਰਿਆ ਹੋਇਆ ਡਰਿਆ ਹੋਇਆ ਪੂਰਾ ਕਾਂ ਇਹ ਹਕਮਾਹਾ ਪੈਗੀ 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 ਦੇਖ ਐਦਰ ਮੇਰੇ ਪਰ ਵੀ ਨਾ ਸੱਡਦੀ ਆ ਦੇ ਕਿਤੇ ਦਾਤੀ ਨਾ ਸੱਡਦੀ ਮੇਰਾ ਗਾਟਾ ਲਾ ਦਵੇ ਆ ਭਾਈ ਉਹ ਦੇ ਉਹ ਦੇ ਯਾਰ ਦੇਖ ਦੇਖ ਇਹ ਹਕਮਾ ਦੇ ਹੁਣ ਇਹਨੂੰ ਵਿੱਚ ਪਾ ਕੇ ਟਾਣੀ ਨੂੰ ਇਹ ਪਾਲਾ ਨਹੀਂ ਨਾਲੇ ਫਿਰ ਆਪਾਂ ਇਹਦਾ ਚੰਗੀ ਤਰ੍ਹਾਂ ਕੱਢ ਦਾਂਗੇ ਬਹਿ ਗਿਆ ਬਹਿ ਗਿਆ ਕਮਾਲਾ ਹੁਣ ਖੜ ਗਿਆ ਧਾਟੇ ਧਾਟੇ ਲਵੇ ਸਾਂ ਲੈਂਦੇ ਸਾਂ ਲੈਂਦੇ ਦੇਖ ਬਾਈ ਕਿੰਨਾ ਡਰਿਆ ਹੋਇਆ ਇਸ ਟਾਈਮ ਕਾਂ ਇਹਦੇ ਜਾਨ ਤੇ ਬਣੀ ਹੋਈ ਆ ਕਾਂ ਤੇ ਬਾਈ ਬਾਈ ਮੈਂ ਫੇਰ ਤੁਹਾਨੂੰ ਦੁਬਾਰਾ ਬੇਨਤੀ ਕਰਦਾ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਬੇਜਵਾਨ ਪੰਛੀਆਂ ਤੇ ਕਿੰਨੇ ਹੀ ਖਤਰਨਾਕ ਸਾਥ ਤੋਰ ਰਹੀ ਹੈ ਚੈਨਾ ਦੀ ਧੋਰ ਅਗਰ ਕੋਈ ਨੋਰਮਲ ਤਾਗਾ ਹੁੰਦਾ ਉਹ ਬਚ ਗਿਆ ਲੈ ਧੋਰ ਟੁੱਟ ਗਈ ਬੰਨ ਨਿਕਲ ਗਿਆ ਬਾਈ ਹੁਣ ਦੇਖਦੇ ਆ ਉੜਦਾ ਇਹ ਡਰਿਆ ਹੋਇਆ ਡਰਿਆ ਹੋਇਆ ਡਰਿਆ ਡੇ ਬੈਠਾ ਰਹਿੰਦੇ ਕੋਈ ਨਹੀਂ ਡੋਰ ਟੁੱਟ ਗਈ ਹੈ ਨਾ ਆ ਲੈ ਬਾਈ ਸ਼ੁਕਰ ਆ ਸ਼ੁਕਰ ਆ ਸ਼ੁਕਰ ਹਾਜੇ ਵੀ ਇਹਦੇ ਪਰਾਂ ਦੇ ਵਿੱਚ ਆ ਡੋਰ ਡੋਰ ਤਾਂ ਹੈਗੀ ਉਹਨਾਂ ਖੰਣਾ ਨਹੀਂ ਹੁਣ ਉੜ ਜਾਣਾ ਹੁਣੇ ਨੇ ਚੱਲ ਉੜਨ ਜੋਗਾ ਹੋ ਗਿਆ ਹੁਣ ਤਾਂ ਨਿਕਲ ਜਾਣਾ ਉਹ ਬਾਬ ਨਹੀਂ ਡੋਰ ਨਹੀਂ ਹੈਗੀ ਬਾਈ ਬਚ ਗਿਆ ਬਚ ਗਿਆ ਉਹ ਦੇਖ ਲੈ ਬਾਈ ਬਿੱਕੀ ਤੇਰਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਆ ਦੇਖੋ ਜੀ ਆ ਮੁੰਡਿਆਂ ਨੇ ਮਿਹਨਤ ਕਰੀ ਆ ਇਹਨਾਂ ਨੇ ਵਿਚਾਰਿਆਂ ਦਾ ਵੀ ਭਲਾ ਹੋਵੇ ਸੋ ਦੇਖੋ ਹੁਣ ਕਾਹ ਹੋਣਾ ਲੱਗਿਆ ਹੈ ਬਾਗੀਆਂ ਪਾਣ ਲੈ ਵੀ ਹੁਣ ਤਾਂ ਮਸਤੀ ਚ ਆ ਗਿਆ ਧੰਨਵਾਦ ਵਿੱਕੀ ਭਾਈ ਤੁਹਾਡਾ ਆਹ ਦੇਖ ਲਓ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜਿਹੜੇ ਲੋਕ ਹਜੇ ਵੀ ਚੈਨਾ ਦੀ ਡੋਰ ਬਰਤ ਰਹੇ ਆ ਉਹਨਾਂ ਨੂੰ ਪਤਾ ਲੱਗ ਸਕੇ ਅਗਰ ਇਹ ਕੋਣ ਨੂੰ ਨਾ ਦੇਖ ਦੇ ਤਾਂ ਹੋ ਸਕਦਾ ਇਹਦੀ ਜਾਨ ਜਾ ਸਕਦੀ ਸੀ ਸੋ ਧੰਨਵਾਦ ਸਾਰੇ ਦੋਸਤਾਂ ਦਾ ਲਾਈਕ ਕਰਦੇ ਹੋ ਚੈਨਲ ਨੂੰ ਫੋਲੋ ਕਰ ਲਿਓ ਜੀ ਹੁਣ ਬਹੁਤ ਮਸਤੀ ਵਿੱਚ ਉੜ ਰਿਹਾ ਹੈ ਕਿਉਂਕਿ ਕਾਫੀ ਘੰਟਿਆਂ ਚੋਂ ਫਸਿਆ ਕਾਫੀ ਟਾਈਮ ਹੋ ਗਿਆ ਸੀ ਇਹਨੂੰ ਫਸੇ ਨੂੰ ਆ ਦੇਖੋ ਹੁਣ ਕਿਵੇਂ ਹੁਣ ਮਸਤੀ ਵਿੱਚ ਘੁੰਮਣ ਲੱਗਿਆ ਹੋਇਆ ਆਪਣਾ ਪੂਰਾ ਆ ਦੇਖੋ ਭਾਈ ਇਹ ਆਜ਼ਾਦ ਪੰਛੀ ਹੈ ਉੜਦੇ ਹੀ ਚੰਗੇ ਲੱਗਦੇ ਆ ਦੋਸਤੋ ਦੇਖੋ ਹੋ ਗਿਆ ਲੰਘ ਗਿਆ ਲੰਘ ਗਿਆ ਲੰਘ ਗਿਆ ਹਾਂ ਲੰਘ ਗਿਆ ਜੀ ਹੋ ਗਿਆ ਗਿਆ ਆਈ ਗਿਆ ਗਿਆ